ਲੋਹੇ ਦੇ ਗਾਡਰ ਦੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਇੱਕ ਪਿੱਛੋਂ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ, ਜਿਸ ਦੇ ਕਾਰਨ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦਰਅਸਲ ਟੱਕਰ ਇੰਨੀ ਭਿਆਨਕ ਸੀ ਕਿ ਜਦੋਂ ਟਰੱਕ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਤਾਂ ਟਰੈਕਟਰ ਬੇਕਾਬੂ ਹੁੰਦਾ ਹੋਇਆ ਫਲਾਈਓਵਰ ਦੇ ਉੱਪਰ ਹੀ ਉਸਦੀ ਜੋ ਕੰਧ ਹੁੰਦੀ ਹੈ ਉਸਦੇ ਨਾਲ ਜਾ ਟਕਰਾਉਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਜੋ ਪਿੱਛੇ ਪਏ ਟਰਾਲੀ ਦੇ ਵਿੱਚ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿਰ ਦੇ ਵਿੱਚ ਲੱਗਦੇ ਨੇ, ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਉਹ ਬਿਲਕੁਲ ਪੁਲ ਦੀ ਕੰਧ ਦੇ ਨਾਲ ਟਕਰਾਈ ਹੋਈ ਹੈ। ਗਨੀਮਤ ਰਹੀ ਹੈ ਕਿ ਇਹ ਪੁਲ ਤੋਂ ਹੇਠਾਂ ਨਹੀਂ ਡਿੱਗੀ, ਨਹੀਂ ਤਾਂ ਹੋਰ ਵੀ ਕਈ ਜਾਨਾਂ ਇਸ ਦੇ ਕਾਰਨ ਜਾ ਸਕਦੀਆਂ ਸੀ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿੱਥੇ ਇਹ ਪੁਲ ਬਣਾਇਆ ਗਿਆ ਉਸਦੇ ਹੇਠਾਂ ਲਗਾਤਾਰ ਆਵਾਜਾਈ ਜੋ ਹੈ ਉਹ ਬਿਲਕੁਲ ਜਾਰੀ ਰਹਿੰਦੀ ਹੈ। ਤਾਂ ਅਜਿਹੇ ਦੇ ਵਿੱਚ ਜੇਕਰ ਇਹ ਪੁਲ ਤੋਂ ਹੇਠਾਂ ਡਿੱਗਦਾ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ, ਪਰ ਫਲਾਈਓਵਰ ਦੇ ਉੱਪਰ ਇਹ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੂਜੇ ਪਾਸੇ ਜੋ ਟਰੱਕ ਹੈ ਉਸਦਾ ਵੀ ਵੱਡਾ ਨੁਕਸਾਨ ਹੋਇਆ, ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਦਾ ਚਾਲਕ ਟਰਾਲੀ ਦੇ ਵਿੱਚ ਲੋਹੇ ਦੇ ਗਾਡਰ ਰੱਖ ਕੇ ਲੈ ਕੇ ਜਾ ਰਿਹਾ ਸੀ, ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਸਦਾ ਟਰੈਕਟਰ ਟਰਾਲੀ ਬੇਕਾਬੂ ਹੋ ਜਾਂਦਾ ਅਤੇ ਬੇਕਾਬੂ ਹੁੰਦਾ ਹੋਇਆ ਸਿੱਧਾ ਹੀ ਜਾ ਕੇ ਫਲਾਈਓਵਰ ਦੀ ਜੋ ਕੰਧ ਹੈ ਉਸਦੇ ਨਾਲ ਟਕਰਾ ਜਾਂਦਾ ਅਤੇ ਜੋ ਪਿੱਛੇ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿੱਧਾ ਸਿਰ ਦੇ ਵਿੱਚ ਵੱਜਦੇ ਨੇ, ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਲੋਹੇ ਦੇ ਗਾਡਰ ਦੇ ਨਾਲ ਭਰੇ ਟਰੈਕਟਰ ਟਰਾਲੀ ਨੂੰ ਇੱਕ ਪਿੱਛੋਂ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ, ਜਿਸ ਦੇ ਕਾਰਨ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦਰਅਸਲ ਟੱਕਰ ਇੰਨੀ ਭਿਆਨਕ ਸੀ ਕਿ ਜਦੋਂ ਟਰੱਕ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਤਾਂ ਟਰੈਕਟਰ ਬੇਕਾਬੂ ਹੁੰਦਾ ਹੋਇਆ ਫਲਾਈਓਵਰ ਦੇ ਉੱਪਰ ਹੀ ਉਸਦੀ ਜੋ ਕੰਧ ਹੁੰਦੀ ਹੈ ਉਸਦੇ ਨਾਲ ਜਾ ਟਕਰਾਉਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਜੋ ਪਿੱਛੇ ਪਏ ਟਰਾਲੀ ਦੇ ਵਿੱਚ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿਰ ਦੇ ਵਿੱਚ ਲੱਗਦੇ ਨੇ, ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਉਹ ਬਿਲਕੁਲ ਪੁਲ ਦੀ ਕੰਧ ਦੇ ਨਾਲ ਟਕਰਾਈ ਹੋਈ ਹੈ। ਗਨੀਮਤ ਰਹੀ ਹੈ ਕਿ ਇਹ ਪੁਲ ਤੋਂ ਹੇਠਾਂ ਨਹੀਂ ਡਿੱਗੀ, ਨਹੀਂ ਤਾਂ ਹੋਰ ਵੀ ਕਈ ਜਾਨਾਂ ਇਸ ਦੇ ਕਾਰਨ ਜਾ ਸਕਦੀਆਂ ਸੀ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿੱਥੇ ਇਹ ਪੁਲ ਬਣਾਇਆ ਗਿਆ ਉਸਦੇ ਹੇਠਾਂ ਲਗਾਤਾਰ ਆਵਾਜਾਈ ਜੋ ਹੈ ਉਹ ਬਿਲਕੁਲ ਜਾਰੀ ਰਹਿੰਦੀ ਹੈ। ਤਾਂ ਅਜਿਹੇ ਦੇ ਵਿੱਚ ਜੇਕਰ ਇਹ ਪੁਲ ਤੋਂ ਹੇਠਾਂ ਡਿੱਗਦਾ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ, ਪਰ ਫਲਾਈਓਵਰ ਦੇ ਉੱਪਰ ਇਹ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੂਜੇ ਪਾਸੇ ਜੋ ਟਰੱਕ ਹੈ ਉਸਦਾ ਵੀ ਵੱਡਾ ਨੁਕਸਾਨ ਹੋਇਆ, ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਦਾ ਚਾਲਕ ਟਰਾਲੀ ਦੇ ਵਿੱਚ ਲੋਹੇ ਦੇ ਗਾਡਰ ਰੱਖ ਕੇ ਲੈ ਕੇ ਜਾ ਰਿਹਾ ਸੀ, ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਇਸਦਾ ਟਰੈਕਟਰ ਟਰਾਲੀ ਬੇਕਾਬੂ ਹੋ ਜਾਂਦਾ ਅਤੇ ਬੇਕਾਬੂ ਹੁੰਦਾ ਹੋਇਆ ਸਿੱਧਾ ਹੀ ਜਾ ਕੇ ਫਲਾਈਓਵਰ ਦੀ ਜੋ ਕੰਧ ਹੈ ਉਸਦੇ ਨਾਲ ਟਕਰਾ ਜਾਂਦਾ ਅਤੇ ਜੋ ਪਿੱਛੇ ਗਾਡਰ ਹੁੰਦੇ ਨੇ ਉਹ ਆ ਕੇ ਚਾਲਕ ਦੇ ਸਿੱਧਾ ਸਿਰ ਦੇ ਵਿੱਚ ਵੱਜਦੇ ਨੇ, ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।